ਬਹੁ ਕਰੋੜੀ ਸਿੰਥੈਟਿਕ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਾਬੂ ਕੀਤੇ ਗਏ ਸਾਬਕਾ ਉਪ ਪੁਲਿਸ ਕਪਤਾਨ ਅਤੇ ਅਰਜਨ ਅਵਾਰਡੀ ਜਗਦੀਸ਼ ਭੋਲਾ ਅਤੇ ਹੋਰਨਾਂ ਖਿਲਾਫ ਈਡੀ ਵੱਲੋਂ ਦਰਜ ਕੀਤੇ ਗਏ ਮਾਮਲੇ ਦੀ ਸੁਣਵਾਈ ਸੀਬੀਆਈ ਪੰਜਾਬ ਦੇ ਵਿਸ਼ੇਸ਼ ਜੱਜ ਐਸਐਸ ਮਾਨ ਦੀ ਅਦਾਲਤ ਵਿੱਚ ਹੋਈ ਜਿੱਥੇ ਜਗਦੀਸ਼ ਭੋਲਾ ਸਮੇਤ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਪੇਸ਼ ਕੀਤਾ ਗਿਆ। ਕਾਰਵਾਈ ਦੌਰਾਨ ਈਡੀ ਦੇ ਡਿਪਟੀ ਡਾਇਰੈਕਟਰ ਜੇਪੀ ਮਿਸ਼ਰਾ ਦੀ ਗਵਾਹੀ ਕਰਵਾਈ ਗਈ ਅਤੇ ਮਾਨਯੋਗ ਅਦਾਲਤ ਵੱਲੋਂ ਮਾਮਲੇ ਦੀ ਅਗਲੀ ਸੁਣਵਾਈ 30 ਮਈ ਤੇ ਪਾ ਦਿੱਤੀ ਗਈ ਹੈ। ਇਸ ਮੌਕੇ ਈਡੀ ਵੱਲੋਂ ਵਕੀਲ ਜੇਪੀਐਸ ਸਰਾਓ ਅਤੇ ਭੋਲਾ ਦੇ ਬਚਾਅ ਧਿਰ ਦੇ ਵਕੀਲ ਸਤੀਸ਼ ਕਿਰਕਰਾ ਪੇਸ਼ ਹੋਏ।